ਸਾਹਿਬ ਤੇ ਹਨੇਰਾ ਹੋ ਰਿਹਾ ਪਤਾ ਨਹੀਂ ਕਿਹੜੇ ਜੰਗਲਾਂ 'ਚ ਮਾਰ ਲਿਆ ਸੁਨਸਾਨ ਜੇ ਰਾਹ ਦੇ ਫਿਰਦੇ ਆਲ ਨਾਲੇ ਜੰਗਲੀ ਜੰਗਲ ਨੇ ਕੋਈ ਪਤਾ ਨਹੀਂ ਕਿੱਥੇ ਆ ਹਾਂ ਹੈਲੋ ਗਾਇਸ ਪਤਾ ਹੀ ਲੱਗਿਆ ਵੀ ਕਿੱਥੋਂ ਆਇਆ ਹੈ ਕਿੱਥੋਂ ਨਿਕਲਿਆ ਭਾਈ ਪਤਾ ਨਹੀਂ ਕਿਹੜੇ ਜੰਗਲਾਂ 'ਚ ਮਾਰ ਲਿਆ ਅਦਰੀ ਕਦਰੀ ਆ ਹਣੀ ਹੋਰੀ ਹਣੀ ਹੋਰੀ ਨਾਲ ਫਿਰਦੇ ਨੇ ਰੇ ਕੋ ਆ ਹਣੀ ਆ ਜਸ਼ਨ ਬੈਠਾ ਫਿਰ ਕਿੱਥੇ ਗਾ ਡਰ ਲੱਗ ਰਿਹਾ ਭਾਈ ਡਰ ਲੱਗ ਰਿਹਾ ਪਤਾ ਨਹੀਂ ਕਿੱਥੇ ਮੇਰੇ ਮੈਨੂੰ ਜਿਨਾ ਨਹੀਂ ਚੀਜ਼ ਦੀ ਹੋਰ ਹੀ ਲੱਗ ਰਹੇ ਨੇ ਟ੍ਰੇਨ ਚਲਾਣ ਤੇ ਅਸੀਂ ਹੁਣ ਪਿੱਛੇ ਬੱਗੇ ਪਹਿਲਾਂ ਫਤਿਹਗੜ੍ਹ ਸਾਹਿਬ ਤੱਕ ਤੁਹਾਡੇ ਚਲਾਇਆ ਆ ਸਾਡੇ ਨਾਲ ਹੁਣ ਡਰਾਈਵਰ ਵੱਡੇ ਵੱਡੇ ਹੋਏ ਨੇਗੇ ਤੇ ਆ ਰਹੇ ਤੇ ਆ ਪੂਜਾ ਬੈਠੀ ਆ ਦੇਖੋ ਆ ਪੂਜਾ ਆ ਦੇਖੋ ਯਾਰ ਤੁਸੀਂ ਯਾਰ ਪਿੱਛੇ ਵਿਊ ਦੇਖੋ ਕੁਝ ਵੀ ਨਹੀਂ ਰਹਾ ਕੁਝ ਵੀ ਜੰਗਲੀ ਹੈਗਾ ਉਹ ਪਿੱਛੇ ਬੈਸੇ ਇੱਕ ਟਰੈਕਟਰ ਜਾਂ ਪਤਾ ਨਹੀਂ ਕੀ ਆ ਰਿਹਾ ਕੀ ਨਹੀਂ ਪਤਾ ਹੀ ਲੱਗਦਾ ਸਾਰਾ ਇੱਕ ਇਹਨਾਂ ਸਿੰਪੀਆਂ ਦੇ ਥਾਪੜਾ ਵੀ ਮਾਰ ਗਿਆ ਕੋਈ ਟਰਾਲੀ ਜੀ ਲੋ ਵੀਰੋ ਪਹੁੰਚ ਗਏ ਅਨੰਦਪੁਰ ਸਾਹਿਬ ਤੇ ਹੁਣ ਚੱਲਾਂਗੇ ਬਾਬਾ ਫਲੱਖਣ ਸਿੰਘ ਦੀ ਸਰਾਹ ਲੱਭ ਰਹੇਗੇ ਇੱਥੇ ਤੇ ਉੱਥੇ ਜਾ ਕੇ ਉੱਥੇ ਵਧੀਆ ਰਹਿਣ ਰੂਟ ਨੂੰ ਆਪਣਾ ਕੀਤਾ ਹੋਇਆ ਹੈਗਾ ਅਰੇਂਜਮੈਂਟ ਤੇ ਕੰਮਾਂ ਵੀ ਦਿਓ ਅਤੇ ਆਪਾਂ ਨੂੰ ਸ਼ਾਮ ਨੂੰ ਇੱਕ ਅਤੇ ਟਰਾਲੀ ਟੂਲ ਵੀ ਐਂਟਰ ਕਰਨਾ ਜਗ੍ਹਾ ਪੂਰੀ ਘੈਂਟਾ ਅਤੇ ਹੁਣ ਉੱਥੇ ਜਾ ਰਹੇ ਹਾਂ ਉੱਥੇ ਜਾ ਰਹੇ ਹੈਗੇ ਅਤੇ ਸਰਾਹ ਪਤਾ ਕੀਤੀ ਹੈਗੀ ਅਤੇ ਉੱਧਰ ਨੂੰ ਜਾ ਰਹੇ ਹੈਗੇ ਅਨੰਦਪੁਰ ਸਾਹਿਬ ट्रैक्टर बहुत ने पर इन्ने भी नहीं है जिन्ने सामान दूर के ने पर सड़क ही खड़े ने बहुत हूँ चले ही मत्था टेकन तो यह देखो कि भजी जा रहे हैं आशी नू जा रही है तो वह दोनों जा रहे तो इन्हों हजे तक मेन गुरद्वारा ही लगा है कि गुरद्वारा रास्ता किधर को हैगा पहला तक पौड़िया नीचे रहा है तो हूँ आप उत्ते ले जा रहे हैं पता नहीं किन्नी पौड़िया चढ़ा गए तो कितने का हाय हाल है इन देख लो बरा हाय ओहो बस हौली चल लो उपर आ गए गए बाबे ने की क्या पहला दस्यो बाबे ने कुछ नहीं कहा पापा कहना पहले फ्रंट देख लो फ्रंट देख रहे फ्रंट देख के फिर मत्था टेकना अपना बैग तो नहीं तेरे कहने लग गया मेन लगता इन्हों लग गया कुछ तो नवी जगह लेके चले उन्होंने मत्था टेका किया कि जाना पूगा लास्ट पावर लास्ट अच्छा रस्सी पालो वे अगर उन्होंने छाल मारो नीचे पता करो ना वो तो बहुत दूर आपा कर नीचे जा रहे ट्रैक्टर ले दोबारा आवे पूछो पता करो पूछो रास्ता पूछेंगे जनता पार्टी चलेगी मत्था टेका उस तो बाद जाएंगे केसगढ़ साहब केसगढ़ साहब तो बाद लंगर लंगर खाने की तैयारी करा और बहुत टाइम लगेगा जी मत्था टेकन तो चलो हफ्ता मेरा टाइम आ गया हाथों लो हाथों लो हाथों हाँ हाँ चल चलो पैर तो लो वे बुरा हाल है पैर पूर धो के सिंपल किधर लिया आप गुरु घर मत्था टेकना फिर उस तो बाद पौड़ी साहब नीचे ओके ते नाल दे किधर लांगे हुण जिहड़ा डायरेक्टर लवे ते ओह कड़ा सामने आपणा डायरेक्टर लंगर सीगा सारे डायरेक्टर जिहड़े हैगे सारे गुरु घर लाहौर जाण वाले ने ਕਿੱਥੇ ਚੱਲੇ
ਆ ਦੋ ਕਾ ਖੜੇ ਨੇ ਗੇ ਪਾਣੀ ਦੇਖ ਰਹੇ ਨੇ ਪਾਣੀ ਚਲੋ ਚਲੋ ਉਹ ਪਹਾੜੀ ਓ ਬਹੁਤ ਉਹ ਆ ਓਏ ਤਾਂ ਪੈਰ ਨੀ ਖੜਦਾ ਉਰੇ ਚੱਪਲ ਚੱਪਲ ਗਈ ਮੇਰੀ ਬਾਈ ਸਾਡੇ ਬੰਦੇ ਚੱਲੇ ਜੰਗਲਾਂ ਚ ਪੰਮੇ ਤਿਆਰ ਨੇ ਲੰਗਰ ਛੱਕ ਰਹੇ ਨੇ ਚਲੋ ਲੰਗਰ ਨੂੰ ਛੱਕੀ ਫਿਰ ਚੱਲਦੇ ਹਾਂ ਕੀ ਕਰ ਰਹੇ ਕੀ ਆ ਹਾਂ ਦੁੱਧ ਪਾ ਦਿੰਦੇ ਹਾਂ ਅਤੇ ਚਲੋ ਲੰਗਰ ਛੱਕ ਲਏ ਪਹਿਲਾਂ ਫਿਰ ਤੇ ਚੱਲਦੇ ਹਾਂਗੇ ਸਫ਼ਰ ਕਰਕੇ ਕਿਲ੍ਹੇ ਤੱਕ ਤਾਂ ਪਹੁੰਚ ਗਏ ਸੀਗੇ ਅਤੇ ਮੁੰਡੇ ਆਪਣੇ ਲੱਗ ਰਹੇ ਨੇਗੇ ਉੱਥੇ ਇੱਥੇ ਨੀਚੇ ਜਗ੍ਹਾ ਹੈ ਇੱਕ ਉੱਥੇ ਪਾਣੀ ਕੱਢਦੇ ਨੇਗੇ ਅਤੇ ਇੱਥੇ ਭਾਈ ਘਨੱਈਆ ਜੀ ਨੇ ਜਾਲ ਛਕਾਇਆ ਸੀਗਾ ਅਤੇ ਉਹਦੇ ਨੀਚੇ ਮੁੰਡੇ ਪਾਣੀ ਕੱਢਣ ਲੱਗ ਰਹੇ ਨੇ ਕੁੜੀ ਜੀ ਹੈਗੀ ਇੱਕ ਉੱਥੇ ਪਾਣੀ ਕੱਢ ਦੇਗੇ ਅਤੇ ਉਹ ਦੁਬਾਰਾ ਫਿਰ ਭਰ ਜਾਂਦੀ ਹੈਗੀ ਅਤੇ ਮੁੰਡੇ ਪਾਣੀ ਕੱਢਣ ਲੱਗ ਰਹੇ ਨੇ ਮੰਗਾਈਏ ਇੱਧਰ ਨੀਚੇ ਹੈਗਾ ਉਰੇ ਵੀ ਖਾਲੀ ਕਰੋਗੇ ਨਾ ਕੀ ਆ ਪੜੋ ਪੰਜਾਬ ਸਰਕਾਰ ਵਾਲੇ ਵੱਲੋਂ ਮਾੜੇ ਗੱਲ ਸੀਗਾ ਉਹ ਪੜਨ ਲੱਗ ਗਿਆ ਜਮਾ ਖਾਲੀ ਕਰਕੇ ਕਦੀ ਜਿਵੇਂ ਸੀਪੇ ਲੱਗ ਰਹੇ ਜੇ ਆਪਾਂ ਉਹਦੇ ਮਿੰਟ ਲਾ ਦਈਏ ਤਾਂ ਇਹਨੂੰ ਸਜ਼ਾ ਹੋਊਗੀ ਕਿੰਨੇ ਟਾਈਮ ਦੀ ਤਿੰਨ ਮਹੀਨੇ ਦੀ ਤਿੰਨ ਤਾਂ ਤੇਰੇ ਬੁੜੇ ਨੇ ਛਡਾਉਣਾ ਵੀ ਨਹੀਂ ਗਿਆ ਜਿੰਨ ਖਾਲਾ ਫੇਰ ਕਰੋ ਇਹਨੂੰ ਇੱਕ ਵਾਰੀ ਖਾਲੀ ਮੇਰੀ ਵੀਡੀਓ ਬਣ ਰਹੀ ਓ ਚਲੋ ਚਲੋ ਅੱਗੇ ਚਲੋ ਅੱਗੇ ਅੱਗੇ ਹੁਣ ਅੱਗੇ ਕਿੱਥੇ ਚੱਲਾਂਗੇ ਅੱਗੇ ਕਿੱਧਰ ਤਾਰਾਗੜ੍ਹ ਕਿਲ੍ਹੇ ਚ ਚਲੋ ਹਾਣੇ ਹੁਣ ਚੱਲੀਏ ਤਾਰਾਗੜ੍ਹ ਕਿਲ੍ਹੇ 'ਚ ਦੇਖੀਏ ਆਪਾਂ ਕਿੱਥੇ ਕਹਿੰਦਾ ਤਾਰਾਗੜ੍ਹ ਕਿਲ੍ਹੇ 'ਤੇ ਵੀ ਜਾ ਆਏ ਸੀਗੇ ਅਤੇ ਹੁਣ ਟਰੈਕਟਰ ਖੜਾ ਲਿਆ ਨਹਿਰ 'ਤੇ ਵਿਹਲੇ ਅਤੇ ਨਹਿਰ 'ਤੇ ਖੜੇ ਸੀਗੇ ਹੁਣ ਅਤੇ ਸਫ਼ਰ ਕਾਫੀ ਹੋ ਗਿਆ ਅਤੇ ਹੁਣ ਕੀਰਤਪੁਰ ਸਾਹਿਬ ਚੱਲੇ ਸੀਗੇ ਮੁੰਡੇ ਨੇ ਕੀਰਤਪੁਰ ਸਾਹਿਬ ਚੱਲ ਕੇ ਅਤੇ ਹੁਣ ਕੀਰਤਪੁਰ ਸਾਹਿਬ ਜਾ ਰਹੇ ਸੀਗੇ ਅਤੇ ਉਹਦੇ ਕੋਲ ਜੋਗੇ ਹੋਇਆ ਜੀ ਵਿਹਲੜ ਕਿੱਥੇ ਗਏ ਓਏ ਪਹੁੰਚ ਗਏ ਬਾਬਾ ਬੁੱਢਨ ਸ਼ਾਹ ਜੀ ਦਰਗਾਹ 'ਤੇ ਪਹੁੰਚ ਗਏ ਦਰਗਾਹ 'ਤੇ ਅਤੇ ਮੱਥਾ ਟੇਕ ਦੇਣਗੇ ਅਤੇ ਕਿੱਧਰ ਬਾਕੀ ਲਵੀ ਹੋਰੀ ਉਹ ਲੰਘੇ ਅਤੇ ਮੁੰਡੇ ਸਾਡੇ ਉਹ ਭਰਦੇ ਨੇਗੇ ਜੇ ਮਨਾ ਤੋਂ ਧੁਣ ਗਏ ਨੇਗੇ ਅਤੇ ਚੜ੍ਹਾਈ ਇੱਥੇ ਹੀ ਬਹੁਤ ਵੱਡੀ ਹੈਗੀ ਅਤੇ ਟਰੈਕਟਰ ਨੀਚੇ ਕਢਾਉਂਦੇ ਨੇਗੇ ਬਾਹਲੀ ਉੱਪਰ ਨਹੀਂ ਕਹਿੰਦੇ ਵੀ ਹੁਣ ਤਾਂ ਕਿਆ ਸਵੇਰੇ 9 ਵਜੇ ਨਿਕਲੇ ਹੋਏ ਹਾਂ ਮੁੰਡੇ ਕਿੱਧਰ ਲੰਘੇ ਮਿੱਟੀ ਬਹੁਤ ਗੰਦੀ ਆ ਇੱਥੇ ਪੈਰ ਛੀਨੂ ਕੀ ਹੋਇਆ ਜੀ ਤੇਰੇ ਨਾਲ ਹੋਲੀ ਖੇਡ ਰਹੀ ਸੀ ਮਿੱਟੀ ਨਾਲ ਹੋਲੀ ਚਲੋ ਹੁਣ ਇਸ ਤੋਂ ਬਾਅਦ ਚਾਹੀਦੀ ਦੁਕਾਨ ਚੋਂ ਖੜੇ ਕੇ ਬਾਹਰ ਨਿਕਲੇ ਤੇ ਹੁਣ ਖੜੇ ਪੁੱਲ ਨੀਚੇ ਮੀਂਹ ਪੈਣ ਲੱਗ ਗਿਆ ਬਹੁਤ ਤਕੜਾ ਮੀਂਹ ਹੈਗਾ ਅਤੇ ਲੋਕ ਦੇਖੋ ਤੁਸੀਂ
ਆਪਣਾ ਟਰੈਕਟਰ ਵੀ ਉਹ ਨੀਚੇ ਖੜਾ ਹੈਗਾ ਹੁਣ ਫਰਿੱਜ ਨੀਚੇ ਖੜਾ ਰੱਖਿਆ ਟਰੈਕਟਰ ਦੇਖੋ ਤੁਸੀਂ ਲੋਕ ਕੀ 50,000 ਦੇ ਜਿਹਨਾਂ ਨੇ ਵੱਡੇ ਵੱਡੇ ਸਿਸਟਮ ਲਾਏ ਹੋਣੇ ਇਹ ਸਾਰੇ ਸਿਸਟਮ ਜਾਣ ਦੇ ਬਾਰੇ ਮੀਂਹ ਤੋਂ ਸਾਰੇ ਭੱਜੀ 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 ਚੱਲ ਗਏ ਮੀਂਹ ਬਹੁਤਾ ਮੀਂਹ ਬਹੁਤਾ ਆਪਣੇ ਲਈ ਵੀ ਆ ਖੜੇ ਨੇ ਜਾਂਦੇ ਆ ਲੋਕ ਭਜਾਈਏ ਟਰਾਲੀਆਂ ਰਾਟ ਪਵਾ ਰੱਖੇ ਟਰੈਕਟਰ ਰਾਟ ਆ